ਦਿਹਾੜੀ ਨਹੀਂ ਲਾਉਣੀ ਮੈਂ ਵੈਸੇ ਹੀ ਹੋ ਕੇ ਦੱਸਾਂ। ਸਾਡੀ ਇੱਕ ਗਵਾਂਢ ਵਿਆਹ ਸੀ, ਕਹਿੰਦੇ ਆ ਕਿ ਜਿਹੜਾ ਕੰਮ ਹੋਵੇ ਉਹਦੇ ਹੀ ਕੰਮ ਕਰਨਾ ਚਾਹੀਦਾ। ਵਿਆਹ ਵਾਲੇ ਦਿਨ ਆਪਾਂ ਇਕੱਠੇ ਹੋਏ ਆ, ਸਾਡੇ ਭਾਅ ਜੀ ਛੋਟਾ ਵੀਰ ਸਾਡਾ ਬਹੁਤ ਹੀ ਅੱਛਾ, ਸਾਡਾ ਪਰਿਵਾਰ ਬਹੁਤ ਵਧੀਆ। ਸਾਡੇ ਗਵਾਂਢ ਇੱਕ ਵਿਆਹ ਸੀਗਾ ਤੇ ਲੱਡੂਆਂ ਦੀ ਪਲੇਟ ਆ ਗਈ ਏਡੀ ਸਾਰੀ ਭਰ ਕੇ। ਮੇਰੀ ਮਾਂ ਨੇ ਚੁੱਕੇ ਕੰਮ ਤੇ ਰਾਤੀ ਮੈਂ ਬਾਹਰੋਂ ਭੱਜਾ ਆ ਲੱਗਾ ਲੱਡੂ ਖਾਣ, ਕਹਿੰਦੀ ਪੁੱਤ ਲੱਡੂ ਨਹੀਂ ਖਾਣੇ। ਮੈਂ ਕਿਉਂ? ਕਹਿੰਦੀ ਆਏ ਵਾਸਤੇ ਰੱਖੇ ਆ। ਇੱਕ ਦਿਨ ਸੋਫਾ ਸੈੱਟ ਲਿਆਂਦਾ ਬਹੁਤ ਵਧੀਆ, ਮੈਂ ਭੱਜ ਕੇ ਸੋਫੇ ਤੇ ਬਹਿਣ ਲੱਗਾ। ਮਾਂ ਮੇਰੀ ਕਹਿੰਦੀ ਪੁੱਤ ਸੋਫੇ ਤੇ ਨਹੀਂ ਬਹਿਣਾ। ਮੈਂ ਕਿਉਂ? ਕਹਿੰਦੀ ਇਹ ਵੀ ਆਏ ਗਏ ਵਾਸਤੇ ਆ। ਇੱਕ ਦਿਨ ਮੈਨੂੰ ਕਹਿੰਦੀ ਪੁੱਤ ਨਹਾ ਧੋ ਕੇ ਕੱਪੜੇ ਸੋਹਣੇ ਜਿਹਾ ਪਾ ਲਾ। ਮੈਂ ਕਿਹਾ ਅੱਜ ਕੀ ਹੋਣਾ? ਕਹਿੰਦੀ ਤੈਨੂੰ ਵੇਖਣ ਵਾਲੇ ਆਉਣਾ, ਤੇਰਾ ਵਿਆਹ ਕਰਨਾ। ਮੈਂ ਕਿਹਾ ਮੈਂ ਵਿਆਹ ਨਹੀਂ ਕਰਾਉਣਾ। ਕਹਿੰਦੀ ਕਿਉਂ? ਮੈਂ ਕਿਹਾ ਜਦੋਂ ਮੈਂ ਲੱਡੂ ਖਾਣ ਲੱਗਾ ਸੀ ਤੁਸੀਂ ਕਹਿਤਾ ਕਿ ਲੱਡੂ ਨਹੀਂ ਖਾਣੇ, ਪੁੱਤ ਆਏ ਗਏ ਵਾਸਤੇ ਆ। ਸੋਫੇ ਤੇ ਬਹਿਣ ਲੱਗਾ ਤੁਸੀਂ ਕਹਿਤਾ ਕਿ ਸੋਫੇ ਤੇ ਨਹੀਂ ਬਹਿਣਾ, ਪੁੱਤ ਆਏ ਗਏ ਵਾਸਤੇ ਆ। ਕੱਲ ਨੂੰ ਹੋ ਗਿਆ ਮੇਰਾ ਵਿਆਹ, ਮੇਰੀ ਆ ਗਈ ਸ਼ੁਗਲੋ ਮੁਗਲੋ। ਮੈਂ ਉਹਨੂੰ ਲੱਗਾ ਕੋਈ ਚੁੰਡੀ ਚਾਂਡੀ ਵੱਢਣ, ਤੁਸੀਂ ਕਹਿਣਾ ਪੁੱਤ ਹੀ ਨੂੜੀ ਛੇੜਨਾ, ਇਹ ਵੀ ਆਏ ਗਏ ਵਾਸਤੇ ਆ। ਉਹੀ ਹਿਸਾਬ, ਉਹਨੇ ਦਿਹਾੜੀਏ ਲੈ ਮੌਂਜ ਆਏ ਗਏ ਕਹਿਤੇ। ਇਹਨਾਂ ਨੂੰ ਕਿੱਡੀ ਖੁਸ਼ੀ ਮਹਿਸੂਸ ਹੈ। ਲਓ ਇਹ ਗੀਤ ਸਾਡੇ ਹੋਰ ਹਿੱਸੇ ਦੇ ਵਿੱਚ ਆਇਆ। ਇੱਕ ਮਿੰਟ ਜੀ ਸਰ, ਜਰਾ ਸੁਣਿਆ ਜੀ, ਸਰਪੰਚ ਸਾਹਿਬ ਸੁਣਿਆ ਜੀ ਗੀਤ। ਬਾਈ ਇੱਕ ਪੜ੍ਹੀ ਲਿਖੀ ਜੋੜੀ ਦਾ ਹੋ ਗਿਆ ਵਿਆਹ, ਕੁੜੀ ਦੇਖਣ ਗਈ ਤੀਆਂ ਤੇ ਕਹਿਣ ਲੱਗੀ ਚੰਨ ਜੀ ਜੇ ਜਦੋਂ ਮੈਨੂੰ ਲੈਣ ਵਾਸਤੇ ਆਉਣਾ ਤੇ ਅੱਜ ਕੱਲ੍ਹ ਦੀ ਜਨਰੇਸ਼ਨ ਆ ਜਿਹੜੀ ਉਹ ਬੁਲਟ ਮੋਟਰਸਾਈਕਲ ਤੇ ਜ਼ਿਆਦਾ ਜਚਦੀ, ਤੂੰ ਰਾਇਲ ਫੀਲਡ ਲੈ ਕੇ ਆਉਣਾ। ਮੁੰਡਾ ਕਰਨੈਲ ਸਿੰਘ ਸਿੱਧੂ, ਪਿੰਡ ਜਲਾਲ, ਲੇਖਕ ਦਾ ਭਤੀਜਾ ਬਾਈ ਗੁਰਚਰਨ ਸਿੰਘ ਜਲਾਲ। ਬਹੁਤ ਸ਼ੁਕਰੀਆ ਬਾਈ, ਬਹੁਤ ਮਹਾਨ ਕਲਾਕਾਰ ਆ ਕਰਨੈਲ ਸਿੰਘ ਸਿੱਧੂ ਸਾਹਿਬ ਜੀ ਦਾ ਬਾਈ ਭਤੀਜਾ ਹੈ। ਕਲਾਕਾਰ ਦਾ ਕਲਾਕਾਰ ਮਾਨ ਕਰੇ ਤੇ ਬਾਈ ਮਾਨ ਨਹੀਂ ਇਕੱਲਾ ਹੁੰਦਾ, ਇਹ ਤਾਂ ਸਮਝੋ ਇੱਕ ਟਰੋਫੀ ਹੈ ਜਿਹੜੀ ਦਿੱਤੀ ਤੁਸੀਂ। ਲਾ ਉਹਨੂੰ ਕਹਿੰਦੀ ਆ ਵੀ ਤੁਸੀਂ ਜਦੋਂ ਮੈਨੂੰ ਲੈਣ ਵਾਸਤੇ ਆਉਣਾ ਨਾ ਤੇ ਬੁਲਟ ਲੈ ਕੇ ਆਈ। ਹੁਣ ਮੁੰਡਾ ਖੇਤੀਬਾੜੀ ਨੂੰ ਪਿਆਰ ਕਰਦਾ ਜੀ, ਲੁਧਿਆਣਾ ਯੂਨੀਵਰਸਿਟੀ ਦਾ ਪੜ੍ਹਿਆ ਲਿਖਿਆ ਮੁੰਡਾ। ਉਹਨੇ ਚੁੱਪ ਕਰਕੇ ਕੀ ਕੀਤਾ, ਕਿੱਲਾ ਝੋਨੇ ਦੀ ਪੈਲੀ ਕੱਦੂ ਕੀਤੀ ਤੇ ਮੋਟਰ ਤੋਂ ਧੋ ਕੇ ਹੱਥ ਮੂੰਹ ਤੋਂ ਸਿੱਧਾ ਸਹੁਰਿਆਂ ਦੇ ਪਿੰਡ ਨੂੰ ਆ ਗਿਆ ਟਰੈਕਟਰ ਲੈ ਕੇ। ਹੁਣ ਅੱਗੇ ਬੈਠੀ ਹੈ, ਜਦੋਂ ਉਹਨੇ ਵੇਖਿਆ ਟਰੈਕਟਰ ਤੇ ਗੁੱਸਾ ਕਰਦੀ ਹੈ, ਕਿਉਂਕਿ ਔਰਤ ਸਭ ਤੋਂ ਜਲਦੀ ਉਦੋਂ ਚੜ੍ਹਦੀ ਜਦੋਂ ਡਿਮਾਂਡ ਪੂਰੀ ਹੋਵੇ। ਉਹ ਵੇਖਦੀ ਹੈ ਵੀ ਇਹਨੂੰ ਕਿਹਾ ਸੀ ਪੱਟੂ ਨੂੰ ਮੋਟਰਸਾਈਕਲ ਲੈ ਕੇ, ਇਹ ਕੋਠਾ ਜਿਹਾ ਧੁੱਕ ਧੁੱਕ ਚੱਕ ਲਿਆ। ਲਓ ਹੁਣ ਗੁੱਸਾ ਵੀ ਕਰਦੀ ਹੈ, ਉਹਨੂੰ ਪਿਆਰ ਵੀ ਆਉਂਦਾ ਵੀ 10 ਦਿਨ ਹੋ ਗਏ ਮੈਂ ਆਈ ਤੇ ਮੇਰਾ ਮਾਹੀ ਮਿਲਿਆ ਨੀ। ਲਸਣ ਤੇਰਾ ਇੱਕ ਪਿਆਰ ਦੀ ਗੱਲ ਘਰੇਲੂ ਵੀ ਉਹਨੂੰ ਗੁੱਸਾ ਵੀ ਕਰਦੀ ਤੇ ਪਿਆਰ ਵੀ ਆਉਂਦਾ। ₹50 ਸਾਡਾ ਮਲਕੀਤ ਬਾਈ ਮੁਨਸ਼ੀ ਮੁਕਤਸਰ ਤੋਂ, ਉਹਨਾਂ ਨੇ ਵੀ ਮਾਨ ਕੀਤਾ, ਬਹੁਤ ਸ਼ੁਕਰੀਆ ਬਾਈ। ਸਾਡੇ ASS ਸਾਹਿਬ ਨੇ ਵੀ ਕੀਤਾ, ਜਿਹੜਾ ਗੀਤ ਸੁਣਾਉਣ ਲੱਗਾ ਇਹ ਬਾਈ ਹੌਲਦਾਰ ਦਾ ਲਿਖਿਆ, ਇੱਕ ਪੁਲਿਸ ਮਹਿਕਮੇ ਦਾ ਮੁੰਡਾ ਜੀ ਦਾ ਲਿਖਿਆ ਔਰ ਬਹੁਤ ਨਵਾਂ ਔਰ ਬਹੁਤ ਪਿਆਰਾ ਜੀ ਹੈ। ਸੁਣੋ ਚੱਲੋ ਜੀ, ਸੁਣ ਲੈ ਇਹਦੇ ਤੇ ਅਸਰ ਕਰੋ। ਮੇਰੇ ਕਦਰਦਾਰ ਕੁਝ ਬੈਠੇ ਨੇ, ਉਹਨਾਂ ਨੇ ਕੰਪਲੇਂਟ ਕੀਤੀ ਹੈ, ਬਹੁਤ ਸ਼ੁਕਰੀਆ। ਵੈਸੇ ਤਾਂ ਇਹ ਕਲਾਕਾਰਾਂ ਦੇ ਮਿੱਤਰੋ ਹੁੰਦੇ ਤਾਂ ਚੋਚਲੇ ਜੇ ਵੀ ਆਪਾਂ ਜੇ ਹੱਸ ਹੱਸ ਕੇ ਪ੍ਰੋਗਰਾਮ ਦਿਆਂਗੇ ਤੁਸੀਂ ਖੁਸ਼ ਹੋ, ਇੰਨੇ ਨਾਲ ਤੁਸੀਂ ਵਾਢੀਆਂ ਸੌਖੀਆਂ ਵੱਢ ਲਓਗੇ। ਜੇ ਯਾਨੀ ਅਸੀਂ ਸੜ ਪੁੱਜ ਕੇ ਜੇ ਪ੍ਰੋਗਰਾਮ ਊਂ ਹੀ ਦੇਈਏ ਤਾਂ ਤੁਸੀਂ ਵੀ ਕੁਛ ਨਹੀਂ। ਲੇਕਿਨ ਉਹਨਾਂ ਨੇ ਕਿਸੇ ਇਸ ਭਾਵਨਾ ਨਾਲ ਯਾਨੀ ਨੀਵਾਂ ਦਿਖਾਉਣ ਵਾਸਤੇ ਨਹੀਂ, ਉਹ ਕਈ ਵਾਰ ਸ਼ਬਦ ਚੱਲਦੇ ਨੇ ਪਿਆਰ ਹੈ ਉਹ ਸੁਤੇ ਕਹਿ ਦਿੰਦੇ ਪਤਾ। ਹਾਂ ਲੈ ਪ੍ਰਸ਼ਾਦ, ਮੈਂ ਇੱਕ ਮੈਂ ਗੱਲ ਦੱਸਦਾ ਵੀ ਜਦੋਂ ਸੱਚੀ ਗੱਲ ਆ ਵੀ ਇੱਥੇ ਕਈ ਬੰਦੇ ਹੁਣ ਸਾਨੂੰ ਦੇਖ ਕੇ ਦੋਵਾਂ ਇੱਕ ਦੂਜੇ ਨੂੰ ਉਂਗਲਾਂ ਜਿਹੀਆਂ ਲਾਈ ਜਾਂਦੇ ਵੀ ਕਾਕੇ ਤੇ ਬੀਬੀ ਦੇ ਰੰਗ ਦਾ ਯਾਰ ਬੜਾ ਫਰਕ ਹੈ। ਇਹ ਗੱਲ ਸੱਚੀ ਹੈ, ਮੈਂ ਆਪਦੇ ਮੂੰਹੋਂ ਤਸਲੀਮ ਕਰਦਾ ਬਈ ਇਹ ਜੰਮਣ ਲੱਗਿਆ ਕਿਤੇ ਰੌਲਾ ਪੈ ਗਿਆ ਸਾਡਾ, ਜਦੋਂ ਕਿਤੇ ਇਹ ਜੰਮੀ ਹੈ। ਮਾਤਾ ਜੀ ਬੜੇ ਅੱਛੇ ਸੀ, ਚੰਗੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਉਹ ਪੜ੍ਹੇ ਲਿਖੇ ਦੀ ਚਿੱਟੀਆਂ ਚੀਜ਼ਾਂ ਖਾਂਦੀ ਰਹੀ, ਮੱਖਣ ਖਾ ਲਿਆ, ਦੁੱਧ ਪੀ ਲਿਆ, ਲੱਸੀ ਪੀ ਲਈ, ਬਦਾਮ ਰਗੜ ਕੇ ਪੀ ਲਏ। ਸਾਡੀ ਬੁੜੀ ਸੀ ਬਾਥੂ ਬੱਟ ਵਿਚਾਰੀ, ਉਹਨੂੰ ਪਤਾ ਨਹੀਂ ਸੀ। ਉਹ ਜਦੋਂ ਕਿਤੇ ਮੈਂ ਹੁਣ ਵਾਲੇ ਜੀ ਕੀਤਾ ਅੰਦਰ ਬੜੀ ਕਾਲ ਚ ਕੋਕਾ ਕੋਲਾ ਪੀਤਾ, ਮੈਨੂੰ ਰਾੜ ਕੇ ਇਹੋ ਜਿਹੇ ਕਰ ਗਈ, ਕੰਮ ਸਿਰੇ ਲੱਗ ਗਏ ਨੇ। ਲਓ ਪਰ ਮਿੱਤਰੋ ਸੱਭਿਆਚਾਰ ਦੀ ਸੇਵਾ ਕਰਦੇ ਹਾਂ, ਚਾਹੇ ਰੰਗ ਭਾਵੇਂ ਕਾਲਾ ਪਰ ਸੀਲ ਕੁੱਕੜ ਨੂੰ ਆਪਣੇ ਝੁੱਟਾਂ ਦੇ ਕਹਿ ਲਈ। ਸ਼ੁਕਰੀਆ, ਮਿਹਰਬਾਨੀ ਬਾਈ ਪੁਰਸ਼ੋਤਮ ਹੋਰਾਂ ਦੀ, ਜਿਹਨਾਂ ਨੇ ਮੇਰੇ ਯਾਨੀ ਭਾਵੇਂ ਮੈਂ ਜਿਹੋ ਜਿਹਾ ਮਰਜ਼ੀ ਹਾਂ ਲੇਕਿਨ ਉਹਨਾਂ ਨੇ ਅਥਾਹ ਬੇਅੰਤ ਪਿਆਰ ਦਿੱਤਾ ਔਰ ਸਾਡੇ ਰੰਗ ਦੀ ਧਾਰੇ ਵੀ ਕੀਤੇ ਸਮਾਂ ਦਿੱਤਾ।
ਗੱਲ ਤੋਂ ਕੱਟ ਦੁਨੀਆ ਹਟਾਈ ਕਿਹੜੀ ਗੱਲ ਤੋਂ ਮੈਂ ਚੁਲੇੜਿਆ ਮੋਟਰਸਾਈਕਲ ਤੇ ਆਈ ਮੈਂ ਚੁਲੇੜਿਆ ਮੋਟਰਸਾਈਕਲ ਤੇ ਆਈ ਤੈਨੂੰ ਆਈ ਸੀ ਮੈਂ ਸਮਝਾ ਕੇ ਤੇ ਹੁਣ ਕੀ ਗਾਂ ਕੋਠੇ ਚੜ ਗਈ ਮੋਟੀ ਉੱਤੇ ਚੂੜੇ ਵਾਲੀ ਬਾਹ ਰੱਖਦੀ ਤੋਰ ਚੱਲਣਾ ਸੀ ਡਾਰ ਬਣਾ ਕੇ ਮੋਟੀ ਉੱਤੇ ਚੂੜੇ ਵਾਲੀ ਬਾਹ ਰੱਖਦੀ ਤੋਰ ਚੱਲਣਾ ਸੀ ਡਾਰ ਬਣਾ ਜਿੰਨੇ ਸਾਰੇ ਸੱਜਣ ਸਾਡੇ ਇਲਾਕੇ ਦੇ ਇੱਥੇ ਬਹੁਤ ਸਿਰਮੌਰ ਬੈਠੇ ਨੇ ਉਹ ਪਰਿਵਾਰ ਜਿਹੜੇ ਕਿ ਜਿਹਨਾਂ ਨੂੰ ਡਿਸਟ੍ਰਿਕਟ ਇਲਾਕਾ ਕੀ ਪੰਜਾਬ ਦੇ ਲੋਕ ਵੀ ਜਾਣਦੇ ਨੇ ਵੀ ਅੱਛੇ ਪਰਿਵਾਰ ਨੇ ਮੈਂ ਬੇਨਤੀ ਕਰਦਾ ਵੀ ਤੁਹਾਡਾ ਤਾਂ ਸਿਰ ਤੇ ਹੱਥ ਹੀ ਕਾਫੀ ਹੈ ਤੁਸੀਂ ਮਾਇਆ ਨਾ ਵੀ ਭੇਜਣਾ ਤੇ ਸਤਿਕਾਰ ਨਾਲ ਜਿਹੜਾ ਸਾਨੂੰ ਪਿਆਰ ਨਾਲ ਉਹਨੂੰ ਆਪਣੇ ਪਵਿੱਤਰ ਨਜ਼ਰਾਂ 'ਚ ਥਾਂ ਦਿੱਤੀ ਇੰਨਾ ਬਹੁਤ ਕੁਛ ਬਹੁਤ ਪਰਿਵਾਰ ਕਰਕੇ ਕਈ ਵਾਰ ਸਾਡਾ ਗਾਉਣ ਦਾ ਹੀ ਕੰਮ ਹੁੰਦਾ ਅਸੀਂ ਗਾਇਆ ਅਸਾਂ ਗੱਡੀ ਬੜੇ ਤੇ ਨਹੀਂ ਕੁਝ ਪਰਿਵਾਰ ਐਸੇ ਨੇ ਜਿੱਥੇ ਸਾਨੂੰ ਇੰਜੋਏ ਕਰਨ ਦਾ ਮੌਕਾ ਮਿਲਦਾ ਜਿੰਨਾ ਅਗਲੇ ਕਰਦੇ ਨੇ ਓਨਾ ਹੀ ਅਸੀਂ ਆਪ ਖੁਸ਼ ਹੋ ਰਹੇ ਹਾਂ ਕੁਝ ਗੱਲਾਂ ਹੁੰਦੀਆਂ ਨੇ ਉਹ ਉਸ ਤਰ੍ਹਾਂ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਮੁਖਾਤਬ ਕਰਕੇ ਖੁਸ਼ ਹੋਣਾ ਪੈਂਦਾ ਥੋੜ੍ਹਾ ਜਿਹਾ ਗਾਉਂਦਾ ਕਾਕਾ ਜੀ ਦੇ ਪਿਤਾ ਜੀ ਸਰਦਾਰ ਬੂਟਾ ਸਿੰਘ ਜੀ ਬਰਾੜ ਸਾਹਿਬ ਉਹਨਾਂ ਨੇ 500 ਰੁਪਏ ਭੇਜੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਉਹਨਾਂ ਨੇ ਵੀ ਸਾਡਾ ਮਾਣ ਕੀਤਾ ਤਾੜੀ ਮਾਰ ਦਿਓ ਇਹ ਗੀਤ ਇਹੋ ਜਿਹਾ ਸ਼ੁਰੂ ਕੀਤਾ ਵੀ ਟਰੈਕਟਰ ਦੀ ਕਮਾਈ ਮੋਟੀ ਹੁੰਦੀ ਹੈ ਇਸ ਕਰਕੇ 500 ਰੁਪਏ ਭੇਜਣੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਪੂਰਾ ਡੇਢ ਲੱਖ ਲਾਇਆ ਕਿਸ ਕੰਮ ਲਈ ਥੋੜੀ ਉੱਤੇ ਲੈਣ ਆਇਆ ਕਿਸ ਕੰਮ ਲਈ ਜਦੋਂ ਤੇਰੇ ਪਿੰਡ ਨੂੰ ਕਮਾਇਆ ਜੱਤੀ ਜਦੋਂ ਤੇਰੇ ਪਿੰਡ ਨੂੰ ਕਮਾਇਆ ਜੱਤੀ ਇੰਨੀ ਕੁੜੀ ਦੇ ਤਰ ਲਏ ਬਾਪ ਦੇਖ ਲੈਣ ਤੇ ਟਿਪ ਵੱਜਦੀ ਘੋੜ ਤੇ ਆਵੇ ਪਰੀ ਦੇ ਪਿੱਟੁੱਕ ਮੁੰਡਾ ਦੇਖ ਲੈਣ ਤੇ ਓਟੇ ਵੱਜਦੀ ਘੋੜ ਤੇ ਆ ਕੋਈ ਗੱਲਾਂ ਕਰਦਾ ਲਾਲ ਡੋ
ਗੋਰੀਆ ਉੜਦਾ ਵੇਖ ਕੇ ਹਰ ਕੋਈ ਗੱਲਾਂ ਕਰਦਾ ਪਿੰਡ ਵਿੱਚ ਬੱਲੇ 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 ਵੇਖ ਕਿੱਡੀ ਬੱਲੇ ਬੱਲੇ ਜਿਹੜੀ ਆਉਂਦੀ ਤੌੜੇ ਚ ਵੜ ਗਈ जद पौड़ी उत्ते पेटेंगी लाल सूट पाके जद पौड़ा की ट्रैक्टर किराया लाने लग गया देख लेते और टेप वाई भी फोड़ते आ रहे।